GHG ਖਾਲਸਾ ਕਾਲਜ ਆਫ ਐਜੂਕੇਸ਼ਨ ਜੋ ਕਿ ਗੁਰੂਸਰ ਸਰਦਾਰ ਵਿਖੇ ਸਥਿਤ ਹੈ। ਇਹ ਕਾਲਜ ਆਪਣੇ ਇਲਾਕੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ। ਇੱਥੋਂ ਦਾ ਸਟਾਫ ਹਮੇਸ਼ਾ ਹੀ ਬੱਚਿਆਂ ਨੂੰ ਸਿੱਖਿਆ ਦੇਣ ਲਈ ਤਿਆਰ ਹੁੰਦਾ ਹੈ। ਕਾਲਜ ਦੇ ਪ੍ਰਿੰਸੀਪਲ ਹਮੇਸ਼ਾ ਹੀ ਸਟਾਫ ਨੂੰ ਆਪਣਾ ਪੂਰਾ ਸਹਿਯੋਗ ਦਿੰਦੇ ਹਨ। ਬੀਤੇ ਦਿਨੀ ਸਾਡੀ ਟੀਮ ਨੇ ਕਾਲਜ ਦਾ ਦੌਰਾ ਕੀਤਾ। ਪੇਸ਼ ਹੈ ਪੰਜਾਬ ਪੁਲਿਸ ਟੀਮ ਵੱਲੋਂ ਇੱਕ ਰਿਪੋਰਟ। ਵਿੱਦਿਆ ਦਾ ਦਾਨੀ ਇਹ ਕਾਲਜ ਜਿਹੜਾ ਕਿ ਪਿਛਲੇ ਲੰਬੇ ਸਮੇਂ ਤੋਂ ਸੇਵਾ ਨਿਭਾ ਰਿਹਾ ਹੈ ਔਰ ਲੜਕੀਆਂ ਨੂੰ ਟੀਚਰ ਬਣਨ ਦੇ ਨਾਲ ਨਾਲ ਇੱਕ ਐਸਾ ਉਹਨਾਂ ਦੇ ਵਿੱਚ ਐਟੀਟਿਊਡ ਪੈਦਾ ਕਰ ਰਿਹਾ ਕਿ ਟੀਚਰ ਤਾਂ ਬਣੇ ਬਣਾ ਲੇਕਿਨ ਇੱਕ ਅੱਛੇ ਇਨਸਾਨ ਬਣਨਾ ਔਰ ਬੱਚਿਆਂ ਨੂੰ ਅੱਛੇ ਇਨਸਾਨ ਕਿੱਦਾਂ ਬਣਾਉਣਾ ਉਹ ਵੀ ਇੱਥੇ ਜਿਹੜਾ ਹੈਗਾ ਸੇਵਾ ਨਿਭਾ ਰਹੇ ਹੋਗੇ। ਤੁਸੀਂ ਇਸ ਕਾਲਜ ਦੇ ਵਿੱਚ ਕੀ ਕਹਿਣਾ ਚਾਹੋਗੇ? ਹਾਂਜੀ, ਇਹ ਕਾਲਜ ਜੀ 1955 ਦੇ ਵਿੱਚ ਐਸਟੈਬਲਿਸ਼ ਹੋਇਆ ਸੀਗਾ। ਬੀਐਡ ਜਿਹੜੀ ਸ਼ੁਰੂ ਕੀਤੀ ਸੀ ਅਸੀਂ ਅਤੇ 82 ਦੇ ਵਿੱਚ ਅਸੀਂ ਐੱਮਐਡ ਕਲਾਸ ਜਿਹੜੀ ਆ ਉਹ ਸ਼ੁਰੂ ਕੀਤੀ ਹੈ ਅਤੇ ਬੀਐਡ ਅਤੇ ਐੱਮਐਡ ਕਾਲਜ ਜਿਹੜਾ ਇਹ ਹੈਗਾ ਪੀਜੀ ਕਾਲਜ ਕਹਾਉਂਦਾ ਹੈ, ਗ੍ਰਾਂਟ ਇਨ ਏਡ ਹੈ ਅਤੇ ਇਹ ਸਾਡਾ ਜਿਹੜਾ ਕਾਲਜ ਹੈ ਇਹਦੇ ਵਿੱਚ ਕੋਐਡ ਹੈ ਪਰ ਅਸੀਂ ਬੱਚਿਆਂ ਨੂੰ ਵੈਲਿਊਜ਼ ਪੱਖੋਂ ਹਰ ਪੱਖੋਂ ਇੱਕ ਅੱਛੇ ਟੀਚਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਹਦੇ ਲਈ ਅਸੀਂ ਜਿਵੇਂ ਕਹਿ ਲਓ 30 ਸਕੂਲਸ ਜਿਹੜੇ ਨੇ ਇੰਟਰਨਸ਼ਿਪ ਲਈ ਲੈਂਦੇ ਹਾਂ, ਜਿਹਦੇ ਵਿੱਚ ਪ੍ਰਾਈਵੇਟ ਸਕੂਲ, ਪਬਲਿਕ ਸਕੂਲ, ਗਵਰਨਮੈਂਟ ਸਕੂਲਸ ਹੁੰਦੇ ਨੇ, ਜਿੱਥੇ ਸਾਡੇ ਬੱਚਿਆਂ ਦੀ ਟੀਚਿੰਗ ਪ੍ਰੈਕਟਿਸ ਚੱਲਦੀ ਹੈ ਤਾਂ ਕਿ ਉਹਨਾਂ ਨੂੰ ਪੜ੍ਹਾਉਣ ਦਾ ਜਿਹੜਾ ਤਰੀਕਾ ਹੈ ਉਹ ਵਧੀਆ ਤਰੀਕੇ ਨਾਲ ਆ ਜਾਵੇ। ਸੋ ਉਸ ਤੋਂ ਬਾਅਦ ਅਸੀਂ ਜਿਵੇਂ ਸਾਡੇ ਕੋਲ ਬਹੁਤ ਅੱਛਾ ਸਟਾਫ ਵੀ ਹੈ, ਜਿੱਦਾਂ ਸਾਡੇ ਸਟਾਫ ਵਿੱਚ 13-14 ਲੋਕ ਜੁੜੇ ਹੈਗੇ ਆ, PhD ਹੈਗੇ ਆ, 13 ਨੂੰ ਮਿਲ ਗਈ ਹੈ, 2-3 ਲੋਕ ਜਿਹੜੇ ਹੈ ਜਿਨ੍ਹਾਂ ਨੂੰ ਮੀਨਸ ਡਿਗਰੀ ਅਵਾਰਡ ਹੋ ਜਾਣੀ ਹੈ, ਥੀਸਿਸ ਸਬਮਿਟ ਕਰਾ ਦਿੱਤੇ ਹੈ ਅਤੇ ਬਾਕੀ ਜਿਹੜਾ ਸਾਡਾ ਸਟਾਫ ਹੈ ਉਹ ਰੈਗੂਲਰਲੀ PhD ਜਿਹੜੇ ਲੋਕ ਨੇ ਇਲਾਕੇ ਦੇ ਨੇੜੇ ਤੇੜੇ ਦੇ ਜਿਵੇਂ ਪ੍ਰਿੰਸੀਪਲ ਕਹਿ ਲਓ, ਸਟਾਫ ਮੈਂਬਰਸ ਕਹਿ ਲਓ ਬਾਕੀ ਕਾਲਜਾਂ ਦੇ, ਉਹਨਾਂ ਨੂੰ PhD ਸੁਪਰਵਾਈਜ਼ ਵੀ ਕਰਦੇ ਹਾਂ ਅਸੀਂ। ਮੈਂ ਖੁਦ 19 ਲੋਕਾਂ ਨੂੰ PhD ਕਰਾ ਦਿੱਤੀ ਅੱਜ ਤੱਕ। ਸੋ ਜਿਵੇਂ ਕਹਿ ਲਓ ਸਾਡਾ ਯੂਥ ਫੈਸਟੀਵਲ ਹੈ ਜਿਹੜਾ, ਉਹਦੇ ਵਿੱਚ ਵੀ ਸਾਡੇ 40 ਪ੍ਰਾਈਜ਼ ਨੇ ਅਤੇ ਇਸ ਸਾਲ ਅਸੀਂ ਓਵਰਆਲ ਟਰੋਫੀ ਵੀ ਜਿੱਤੀ ਹੈ ਅਤੇ ਪਿਛਲੇ 3-4 ਸਾਲਾਂ ਤੋਂ ਅਸੀਂ ਰਨਰਸ ਅਪ ਟਰੋਫੀ ਵੀ ਜਿੱਤ ਰਹੇ ਹਾਂ। ਇਸੇ ਤਰ੍ਹਾਂ ਸਪੋਰਟਸ ਦੇ ਵਿੱਚ ਅਸੀਂ 13 ਸਾਲ ਜਿਹੜੀ ਕੰਜੈਕਟਿਵ ਫੋਰ ਦਾ ਕੰਜੈਕਟਿਵ ਈਅਰਸ ਓਵਰਆਲ ਟਰੋਫੀ ਜਿੱਤੀ ਹੈ, 3 ਸਾਲ ਰਨਰਸ ਅਪ ਟਰੋਫੀ ਜਿੱਤੀ ਹੈ ਅਤੇ ਆਪਣੇ 10 ਗੋਲਡ ਮੈਡਲਸ ਇਸ ਸਾਲ ਅਤੇ ਸਿਲਵਰ ਮੈਡਲਸ ਅਤੇ ਬਰੋਜ਼ ਮੈਡਲਸ ਵੀ ਜਿੱਤੇ ਨੇ ਸਾਡੇ ਬੱਚਿਆਂ। ਸੋ ਹਰ ਪੱਖੋਂ ਅਸੀਂ ਬੱਚਿਆਂ ਦਾ ਖਿਆਲ ਰੱਖਦੇ ਹਾਂ। ਇਹਦੇ ਨਾਲ ਨਾਲ ਅਸੀਂ ਜਿਵੇਂ ਰਿਸਰਚ ਦੇ ਵਿੱਚ ਵੀ ਨੈਸ਼ਨਲ ਅਤੇ ਇੰਟਰਨੈਸ਼ਨਲ ਸੈਮੀਨਾਰਸ ਵੀ ਕਰਾਉਂਦੇ ਹਾਂ, ਵਰਕਸ਼ਾਪਸ ਵੀ ਕਰਾਉਂਦੇ ਹਾਂ, ਨਾਲ ਹੋਰ ਅਸੀਂ ਜਿਵੇਂ NSS ਦਾ ਕੈਂਪ ਵੀ ਬੱਚਿਆਂ ਦੀ ਪ੍ਰਤਿਭਾ ਨੂੰ ਉਭਾਰਨ ਲਈ ਹੋਰ ਵੀ ਮਤਲਬ ਕਿ ਅਸੀਂ 10 ਦਿਨ ਦਾ ਅਸੀਂ ਕੈਂਪ ਲਾਉਂਦੇ ਹਾਂ ਜਿਹਦੇ ਵਿੱਚ ਅਸੀਂ ਇਹ ਸਾਡਾ ਇੱਕ ਰੈਗੂਲਰ ਫੀਚਰ ਹੈ ਕਾਲਜ ਦਾ। ਬਾਕੀ ਅਸੀਂ ਹਰ ਤਰ੍ਹਾਂ ਦੇ ਸਕਿੱਲ ਐਂਡ ਟੀਚਿੰਗ ਦੇ ਕੰਪੀਟੀਸ਼ਨ ਕਰਾਉਂਦੇ ਹਾਂ ਜਿਹਦੇ ਵਿੱਚ ਬੱਚੇ ਆਪਣਾ ਟੀਚਿੰਗ ਏਡ ਪ੍ਰੈਪਰੇਸ਼ਨ ਕਿੱਦਾਂ ਟੀਚਿੰਗ ਏਡ ਬਣਾਉਣੀ ਹੈ ਪੜ੍ਹਾਉਣ ਦੇ ਲਈ ਆਪਣੇ ਹੱਥਾਂ ਦੇ ਨਾਲ, ਬਾਜ਼ਾਰੋਂ ਮੁੱਲ ਨਹੀਂ ਲੈ ਕੇ ਆਉਣੀ, ਹੱਥਾਂ ਦੇ ਨਾਲ ਬਣਾਉਣੀ ਸਿਖਾਉਂਦੇ ਹਾਂ, ਕਿਵੇਂ ਬਣਾਉਣੀ ਹੈ ਅਤੇ ਕਿਵੇਂ ਜਿਹੜਾ ਆਪਣਾ ਪੜ੍ਹਾਉਣਾ ਹੈ ਬੱਚਿਆਂ ਨੂੰ ਉਹਦਾ ਵੀ ਕੰਪੀਟੀਸ਼ਨ ਕਰਾਇਆ ਜਾਂਦਾ। ਉਹਦੇ ਵਿੱਚ ਵੀ ਬੱਚੇ ਫਸਟ, ਸੈਕਿੰਡ, ਥਰਡ, ਉਹਦੇ ਵਿੱਚ ਵੀ ਸਾਡੇ ਆਲਮੋਸਟ ਆਲ 8 ਜਾਂ 10 ਪ੍ਰਾਈਜ਼ ਹਰ ਸਾਲ ਹੁੰਦੇ, ਜਿਹੜਾ ਕਿ ਜੋਨਲ ਲੈਵਲ 'ਤੇ ਸਕਿੱਲ ਐਂਡ ਟੀਚਿੰਗ ਦਾ ਕੰਪੀਟੀਸ਼ਨ ਹੁੰਦਾ ਕਿ ਬੱਚੇ ਕਿਵੇਂ ਪੜ੍ਹਾਉਣਾ ਹੈ ਅਤੇ ਕਿਵੇਂ ਟੀਚਿੰਗ ਹੈ। ਵਿੱਦਿਆ ਦੇ ਨਾਲ ਨਾਲ ਜਿੱਦਾਂ ਤੁਸੀਂ ਦੱਸਿਆ, ਕਲਚਰਲ ਐਕਟੀਵਿਟੀਜ਼ ਹੋ ਗਈਆਂ, ਗੇਮਸ ਹੋ ਗਈਆਂ, ਵੈਲਿਊਜ਼ ਹੋ ਗਈਆਂ, ਇੱਕ ਹਰ ਚੀਜ਼ ਦਾ ਸੁਮੇਲ ਹੈ। ਔਰ ਤੁਸੀਂ ਖੁਦ ਜਿਹੜਾ ਹੈਗਾ ਟੀਚਰ ਦੇ ਨਾਲ ਕੌਂਸਲਿੰਗ ਕਰਦੇ ਹੋ, ਜਿਹੜੇ ਟੀਚਰ ਪੜ੍ਹਾਉਣ ਵਾਲੇ ਨੇ ਵਾਰ ਵਾਰ ਤੁਸੀਂ ਆਪਣੇ, ਇਹ ਇੱਦਾਂ ਦੇ ਇੱਥੇ ਸਿਸਟਮ ਨਹੀਂ ਹੈ ਕਿ ਪ੍ਰਿੰਸੀਪਲ ਨੂੰ ਕੋਈ ਨਹੀਂ ਮਿਲ ਸਕਦਾ, ਤੁਹਾਡਾ ਆਫਿਸ ਖੁੱਲ੍ਹਾ, ਕੋਈ ਮਰਜ਼ੀ ਆ ਕੇ ਤੁਹਾਨੂੰ ਮਿਲ ਸਕਦਾ। ਟੀਚਰਸ ਦੇ ਨਾਲ ਤੁਸੀਂ ਆਪਣੀ ਕੰਪਲੀਮੇਸ਼ਨ ਦੇ ਨਾਲ ਰਲ ਕੇ ਜਿਹੜੇ ਸਾਰੀਆਂ ਇੱਕ ਫੈਮਿਲੀ ਦੇ ਵਾਂਗੂ ਜਿਹੜਾ ਹੈਗਾ ਇੱਥੇ ਐਟਮੋਸਫੀਅਰ ਦੇ ਰਹੇ ਹੋ, ਔਰ ਉਹਦੇ ਨਾਲ ਨਾਲ ਬੱਚਿਆਂ ਨੂੰ ਜਿਹੜੀ ਹੈਗੀ ਆ ਜਿਹੜੇ ਸਟੱਡੀ ਦੇ ਵਿੱਚ ਉਚਾਈਆਂ ਪ੍ਰਾਪਤ ਕਰਦੇ ਆ ਉਹਨਾਂ ਨੂੰ ਵੀ ਨਵਾਜਿਆ ਜਾਂਦਾ ਨਾਮਾਂ ਨਾਲ, ਤਿਉਹਾਰਾਂ ਦਾ ਬੜਾ ਧਿਆਨ ਰੱਖਿਆ ਜਾਂਦਾ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਹਾਂਜੀ,
ਅਸੀਂ ਡੇਜ਼ ਵੀ ਸੈਲੀਬ੍ਰੇਟ ਕਰਦੇ ਹਾਂ, ਜਿਵੇਂ ਟੀਚਰ ਡੇ ਹੋ ਗਿਆ, ਲੋਹੜੀ ਸੈਲੀਬ੍ਰੇਸ਼ਨ ਹੋ ਗਈ, ਹੋਰ ਕਈ ਤਰ੍ਹਾਂ ਦੇ ਡੇਜ਼ ਜਿਹੜੇ ਅਸੀਂ ਸੈਲੀਬ੍ਰੇਟ ਕਰਦੇ ਹਾਂ, ਇੰਡੀਪੈਂਡੈਂਸ ਡੇ ਹੋ ਗਿਆ, 26 ਜਨਵਰੀ ਹੋ ਗਈ, ਅਸੀਂ ਇਹ ਸਾਰੇ ਬੱਚਿਆਂ ਨੂੰ ਦੱਸਦੇ ਵੀ ਹਾਂ ਵੀ ਕਿਹੜਾ ਦਿਨ ਦੀ ਕੀ ਇੰਪੋਰਟੈਂਸ ਹੈ ਅਤੇ ਕਿਉਂ ਅਸੀਂ ਸੈਲੀਬ੍ਰੇਟ ਕਰਦੇ ਹਾਂ, ਅਤੇ ਸੈਲੀਬ੍ਰੇਟ ਵੀ ਕਰਦੇ ਹਾਂ, ਬੱਚੇ ਖੁਦ ਵੀ ਅਰੇਂਜ ਕਰਦੇ ਨੇ ਪ੍ਰੋਗਰਾਮ ਜਿਹੜੇ ਨੇ, ਜਿਵੇਂ ਲੋਹੜੀ ਦਾ ਫੰਕਸ਼ਨ ਹੈ ਜਿਹੜਾ ਉਹ ਸਾਡੇ ਐਮਐਡ ਦੇ ਬੱਚੇ ਅਰੇਂਜ ਕਰਦੇ ਆ, ਅਤੇ ਜਿਹੜਾ 26 ਜਨਵਰੀ ਦਾ ਫੰਕਸ਼ਨ ਹੈ ਉਹ ਸਾਡਾ ਸੋਸ਼ਲ ਵਿਜ਼ਨ ਕਲੱਬ ਜਿਹੜਾ ਹੈਗਾ ਉਹ ਕਰਦਾ। ਸਾਡੇ ਇਸੇ ਤਰ੍ਹਾਂ ਦੇ ਕਈ ਤਰ੍ਹਾਂ ਦੇ ਕਲੱਬ ਨੇ, ਪਰ ਇਹਨਾਂ ਸਾਰਿਆਂ ਦੇ ਵਿੱਚ ਸਭ ਤੋਂ ਵੱਡਾ ਰੋਲ ਸਾਡੀ ਮੈਨੇਜਮੈਂਟ ਦਾ ਹੈ, ਜਿਹਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਗਿੱਲ ਨੇ ਅਤੇ ਸੈਕਟਰੀ ਸਰਦਾਰ ਸੁਖਚਰਨਜੀਤ ਸਿੰਘ ਜੀ ਥਿੰਦ ਨੇ, ਅਤੇ ਬੜੇ ਪੜ੍ਹੇ ਲਿਖੇ ਲੋਕ ਨੇ ਔਰ ਸਾਡੇ ਨਾਲ ਬਹੁਤ ਹੀ ਕੋਪਰੇਸ਼ਨ ਨਾਲ ਕੰਮ ਕਰਦੇ ਨੇ ਅਤੇ ਡੈਡੀਕੇਟਿਡ ਵੀ ਨੇ ਆਪਣੇ ਕੌਜ਼ ਲਈ, ਕਿਉਂਕਿ ਜਿਹੜੇ ਸਰਦਾਰ ਬਖਤਾਵਰ ਸਿੰਘ ਗਿੱਲ ਜੀ ਸੀ ਉਹਨਾਂ ਨੇ ਬਹੁਤ ਲੰਬਾ ਸਮਾਂ ਜਿਹੜਾ ਇਹਨਾਂ ਕਾਲਜਾਂ ਨੂੰ ਬਣਾਉਣ ਦੇ ਵਿੱਚ ਆਪਦਾ ਲਾਇਆ, ਉਹਨਾਂ ਨੇ ਇਹਨਾਂ ਦੀ ਰੂਪ ਰੇਖਾ ਵੀ ਲਿਖੀ ਅਤੇ ਬਹੁਤ ਲੰਬਾ ਸਮਾਂ ਉਹਨਾਂ ਨੇ ਕੰਮ ਕੀਤਾ, ਅਤੇ ਇਹ ਜਿਹੜੇ ਇੰਸਟੀਚਿਊਟ ਜਿਹੜੇ ਸੀ ਖਾਲਸਾ ਕੋਲਜ, ਆਪਣਾ ਡਿਗਰੀ ਕੋਲਜ ਅਤੇ ਆਪਣਾ GHG ਖਾਲਸਾ ਕੋਲਜ ਆਫ ਐਜੂਕੇਸ਼ਨ ਅਤੇ ਫਾਰਮੇਸੀ ਕੋਲਜ, ਇਹ ਸਾਰੇ ਹੋਂਦ ਵਿੱਚ ਆਏ। 1948 'ਚ ਡਿਗਰੀ ਕੋਲਜ ਆਇਆ, ਫਿਰ ਆਪਣਾ BEd ਆਇਆ ਅਤੇ ਫਿਰ ਫਾਰਮੇਸੀ ਆਇਆ। ਸੋ ਇਹਨਾਂ ਕਾਲਜਾਂ ਲਈ ਬਹੁਤ ਵੱਡੀ ਦੇਣ ਸਰਦਾਰ ਬਖਤਾਵਰ ਸਿੰਘ ਗਿੱਲ ਦੀ, ਅਤੇ ਹੁਣ ਉਹਨਾਂ ਦਾ ਬੇਟਾ ਜਿਹੜੇ ਸਰਦਾਰ ਮਨਜੀਤ ਸਿੰਘ ਗਿੱਲ ਐਟ ਪ੍ਰੈਜੈਂਟ ਸਾਡੇ ਆਪਣੇ ਪ੍ਰੈਜ਼ੀਡੈਂਟ ਨੇ, ਉਹਨਾਂ ਦੀ ਦੇਣ ਹੈ, ਅਤੇ ਨਾਲ ਨਾਲ ਸਾਡੇ ਡਾਇਰੈਕਟਰ ਸਾਹਿਬ ਜਨਰਲ ਸਿੰਘਾ ਜੀ, ਜਨਰਲ ਇਕਬਾਲ ਸਿੰਘ ਸਿੰਘਾ ਜੀ ਨੇ ਅਤੇ ਸਾਡੇ ਰਜਿਸਟਰਾਰ ਸਾਹਿਬ ਡਾਕਟਰ HS ਬਰਾੜ ਨੇ, ਉਹ ਵੀ ਸਾਡਾ ਬਹੁਤ ਯੋਗਦਾਨ ਪਾਉਂਦੇ ਨੇ ਇਹਨਾਂ ਕੰਮਾਂ ਦੇ ਵਿੱਚ, ਸਾਡੀ ਹੈਲਪ ਵੀ ਕਰਦੇ ਨੇ ਅਤੇ ਇਸ ਕੰਮ ਨੂੰ, ਕੋਲਜ ਨੂੰ ਅੱਗੇ ਲਿਜਾਣ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਮੈਨੇਜਮੈਂਟ। ਮੈਡਮ, ਜਿੱਦਾਂ ਗੁਰੂਕੁਲ ਦੀ ਤਰ੍ਹਾਂ ਇਹ ਜਿਹੜਾ ਕੋਲਜ ਹੈਗਾ, ਜਿੱਦਾਂ ਪੁਰਾਣੇ ਗੁਰੂਕੁਲ ਹੁੰਦੇ ਸੀ, ਉਹੀ ਆਦੇਸ਼ਾਂ ਨੂੰ ਲੈ ਕੇ ਬਖਤਾਵਰ ਸਿੰਘ ਗਿੱਲ ਨੇ ਦਾ ਮਾਇੰਡ ਸੀਗਾ ਕਿ ਅਸੀਂ ਇੱਕ ਐਸਾ ਸਿਸਟਮ ਬਣਾਉਣਾ ਹੈ ਜਿਸ 'ਚ ਗੁਰੂਕੁਲ ਦੀ ਤਰ੍ਹਾਂ ਸਟੱਡੀ ਹੋਏ, ਔਰ ਅਸੀਂ ਦੇਖ ਰਹੇ ਹਾਂ ਕਿ ਇੱਥੇ ਵੀ ਕੋਈ ਕਮਰਸ਼ਲਾਈਜੇਸ਼ਨ ਨਹੀਂ ਹੈ, ਸਮਾਂ ਦੀ ਜਿਹੜੇ ਮੈਨੇਜਮੈਂਟ ਵਾਲੇ ਉਹ ਆਪਣੀ ਜੇਬ 'ਚੋਂ ਤਾਂ ਪੈਸੇ ਚਾਹੇ ਕੋਈ ਪਾ ਦੇਣ, ਲੇਕਿਨ ਇੱਥੇ ਕੋਈ ਇਨਕਮ ਦਾ ਸੋਰਸ ਜਾਂ ਉਸ ਚੀਜ਼ ਸਿਸਟਮ ਨਹੀਂ ਬਣਾਇਆ ਜਾਂਦਾ, ਕਿ ਇਹੀ ਕਾਰਨ ਹੈ ਕਿ ਜਿਹੜੇ ਇੱਥੋਂ ਦੇ ਬੱਚੇ ਆ ਉਹਨਾਂ ਦਾ ਮੈਂਟਲ ਐਟੀਟਿਊਡ ਬਹੁਤ ਜ਼ਿਆਦਾ ਉੱਚਾ ਰਹਿੰਦਾ, ਕਿਉਂਕਿ ਇੱਥੇ ਜਦੋਂ ਦਾਨ ਦੇ ਰੂਪ 'ਚ ਵਿੱਦਿਆ ਲੈ ਕੇ ਜਾਂਦੇ ਆ ਤਾਂ ਅੱਗੇ ਵੀ ਉਹਨਾਂ ਦਾ ਮਾਇੰਡ ਸੈਟ ਪੈ ਜਾ ਰਹਿੰਦਾ। ਹਾਂਜੀ, ਕਿਉਂਕਿ ਇੱਦਾਂ ਜੀ, ਬੱਚਿਆਂ ਦੀ ਸਹੂਲਤ ਲਈ ਹਰ ਕੰਮ ਕੀਤਾ ਜਾਂਦਾ, ਜਿਵੇਂ ਹੋਸਟਲ ਵੀ ਸਾਡੇ ਕੰਬਾਈਂਡ ਹੀ ਨੇ, ਹੋਸਟਲ ਵੀ ਸਾਡੇ ਕੰਬਾਈਂਡ ਨੇ, ਅਤੇ ਉਹਦੇ ਨਾਲ ਨਾਲ ਸਾਡਾ ਜਿਹੜਾ ਆਪਣੇ ਜਿਵੇਂ ਕਹਿ ਲਓ ਹੋਸਟਲ ਦੇ ਨਾਲ ਨਾਲ ਸਾਡਾ ਜਿਹੜਾ ਬਾਕੀ ਸਿਸਟਮ ਹੈ, ਜਿਵੇਂ ਕਹਿ ਲਓ ਬੱਸਿਸ ਨੇ ਬੱਚਿਆਂ ਲਈ, ਉਹ ਮੋਰ ਦੈਨ 50 ਜਿਹੜੇ ਸਰਾਊਂਡਿੰਗ ਏਰੀਆਜ਼ ਨੇ ਉਹਨਾਂ ਦੇ ਵਿੱਚ ਜਾਂਦੀਆਂ ਨੇ, ਤਾਂ ਕਿ ਜਿਹੜੇ ਬੱਚੇ ਨੇ ਉਹਨਾਂ ਨੂੰ ਗਰਲਸ ਸਟੂਡੈਂਟਸ ਲਈ ਨਹੀਂ ਜ਼ਿਆਦਾਤਰ, ਕਿਉਂਕਿ ਬੋਇਜ਼ ਤਾਂ ਮੋਸਟਲੀ ਆਪਣੇ ਬਾਈਕ ਵਗੈਰਾ 'ਤੇ ਆ ਜਾਂਦੇ ਨੇ, ਅਤੇ ਉਹ 50 ਜਿਹੜੇ ਪਿੰਡ ਨੇ ਉਹਨਾਂ ਤੋਂ ਬੱਚਿਆਂ ਨੂੰ ਲੈ ਕੇ ਆਉਣਾ ਅਤੇ ਉੱਥੇ ਘਰ ਪਹੁੰਚਾਉਣਾ, ਉਹ ਵੀ ਸਾਡੀ ਜਿਵੇਂ ਕਹਿ ਲਓ ਜ਼ਿੰਮੇਵਾਰੀ ਹੈ ਇੱਕ ਇਸ ਪੱਖੋਂ, ਕਿ ਜੋ ਸਾਡੇ ਬਜ਼ੁਰਗਾਂ ਨੇ ਸੋਚਿਆ ਸੀ ਅਸੀਂ ਉਸ ਪੱਖੋਂ ਇਹਨੂੰ ਹੁਣ ਵੀ ਨੇਪਰੇ ਚਾੜ੍ਹਨ ਦੀ ਕੋਸ਼ਿਸ਼ ਕਰ ਰਹੇ ਹਾਂ। ਥੈਂਕ ਯੂ ਮੈਡਮ।